ਅਸਲਾਮ ਵਾਲੇਕੁਮ ਵਰਹਮਤੁਲਾ ਵਬਰਕਾਤਹੂ ਮੇਰੇ ਪਿਆਰੇ ਪਿਆਰੇ ਦੋਸਤੋ, ਮਿੱਤਰੋ, ਬੇਲੀਓ, ਭੈਣਾਂ ਅਤੇ ਭਰਾਓ, ਮੈਂ ਤੁਹਾਡਾ ਮੇਜ਼ਬਾਨ ਸ਼ਰਾਫਤ ਅਲੀ ਰਹਿਮਾਨੀ ਸਜਣੋ ਨਵੀਂ ਵੀਡੀਓ ਲੈ ਕੇ, ਨਵੀਂ ਕਹਾਣੀ ਲੈ ਕੇ ਮੈਂ ਸਜਣਾ ਦੇ ਹਾਜ਼ਰ ਹੋਇਆ। ਦੋਸਤੋ, ਹੋਰ ਸੁਣਾਓ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਅੱਲਾਹ ਤਾਲਾ ਸਿਹਤ ਰੱਖੇ, ਤੰਦਰੁਸਤੀ ਰੱਖੇ, ਖੈਰ ਖਰੀਅਤ ਰੱਖੇ। ਦੋਸਤੋ, ਤੁਹਾਡਾ ਕੰਮ ਹੈ ਮੇਰੀਆਂ ਗੱਲਾਂ ਸੁਣਦਿਆਂ ਰਹਿਣਾ ਅਤੇ ਮੇਰਾ ਕੰਮ ਹੈ ਤੁਹਾਨੂੰ ਸੁਣਾਉਂਦਿਆਂ ਰਹਿਣਾ। ਪੰਜਾਬੀ ਚੈਨਲ ਹੈ ਨਾ ਫਰਿਆਦ ਮਹਿਮੂਦ ਹੈ, ਜਿਹੜਾ ਮੇਰਾ ਦੋਸਤਾਂ ਨੇ, ਮੇਰਾ ਭਾਈਆਂ ਨੇ ਅਜੇ ਤੱਕ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਕੇ ਘੰਟੀ ਔਨ ਕਰੋ ਤਾਂ ਕਿ ਸ਼ਾਮ ਨੂੰ ਰੋਜ਼ਾਨਾ 7 ਵਜੇ ਮੇਰੀ ਵੀਡੀਓ ਸਜਣਾ ਦੇ ਸਾਹਮਣੇ ਬਆਸਾਨੀ ਪਹੁੰਚਦੀ ਰਹੇ। ਦੋਸਤੋ, ਗੱਲ ਹੈ, ਅੱਜ ਮੈਂ ਇੱਕ ਕਹਾਣੀ ਸਜਣਾ ਨੂੰ ਸੁਣਾਉਣ ਲੱਗਾ, ਨੌਸ਼ੇਰਵਾਂ ਬਾਦਸ਼ਾਹ ਦੀ। ਨੌਸ਼ੇਰਵਾਂ ਬਾਦਸ਼ਾਹ ਇੱਕ ਹੋਇਆ ਹੈ ਹਰਿਆਣ ਦਾ, ਬੜਾ ਬਾਦਸ਼ਾਹ ਸੀ, ਠੀਕ ਠਾਕ ਸੀ। ਤੁਹਾਨੂੰ ਪਤਾ ਵੀ ਜਿਹੜੇ ਬਾਦਸ਼ਾਹ ਹੁੰਦੇ ਨੇ ਉਹ ਬਾਦਸ਼ਾਹ ਹੁੰਦੇ ਨੇ, ਉਹਨਾਂ ਦੇ ਬੜੇ ਲੰਮੇ ਚੌੜੇ ਕੰਮ ਹੁੰਦੇ ਨੇ, ਹਾਂਜੀ, ਅਤੇ ਸ਼ਿਕਾਰ ਕਰਦੇ ਨੇ ਬੜੇ ਸ਼ੌਕ ਨਾਲ। ਦੋਸਤੋ, ਰਿਆਸਤਾਂ ਛੋਟੀਆਂ ਛੋਟੀਆਂ ਹੁੰਦੀਆਂ ਹਨ ਅਤੇ ਕਿਤੇ ਕਿਤੇ ਸ਼ਹਿਰ ਹੁੰਦਾ, ਅਤੇ ਸ਼ਹਿਰਾਂ ਦੇ ਬਾਦਸ਼ਾਹ ਆਪੋ ਆਪਦੇ ਲਹਿਦਾ ਲਹਿਦਾ ਹੁੰਦੇ ਸਨ, ਬਾਕੀ ਸਾਰੇ ਜੰਗਲ ਬੀਆਬਾਰ ਹੁੰਦੇ ਸਨ ਅਤੇ ਜੰਗਲਾਂ ਦੇ ਵਿੱਚੋਂ ਉਹ ਸ਼ਿਕਾਰ ਕਰਦੇ ਸਨ ਬਾਦਸ਼ਾਹ। ਸਜਣੋ, ਨੌਸ਼ੇਰਵਾਂ ਬਾਦਸ਼ਾਹ ਦੇ ਸ਼ਹਿਰ ਦੇ ਵਿੱਚ ਇੱਕ ਬੰਦਾ ਸੀ, ਵਡੇਰੀ ਉਮਰ ਦਾ। ਉਹ ਇੱਕ ਦਿਨ ਜੰਗਲ ਨੂੰ ਗਿਆ ਅਤੇ ਜਾ ਕੇ ਲੱਕੜੀ ਪੈ ਕੱਟੇ ਉੱਥੋਂ। ਜਿਹੜੇ ਦਿਨ ਉਹ ਲੱਕੜੀ ਪੈ ਕੱਟਦਾ ਹੈ ਤਾਂ ਉਸ ਦਿਨ ਹੀ ਨੌਸ਼ੇਰਵਾਂ ਬਾਦਸ਼ਾਹ ਜਿਹੜਾ ਹੈ ਉਹ ਘੋੜੇ 'ਤੇ ਚੜ੍ਹਿਆ ਸ਼ਿਕਾਰ ਨੂੰ। ਸ਼ਿਕਾਰ ਕਰਦਾ ਕਰਦਾ ਤਾਂ ਉਹ ਉੱਧਰ ਨੂੰ ਗਿਆ ਅਤੇ ਉਹਦੀ ਨਿਗਾਹ ਪਈ, ਜਾ ਕੇ ਉਹਨੇ ਵੇਖਿਆ, ਬੁਲਾਇਆ ਵੀ ਬਾਬਾ ਹੈ ਵਡੇਰੀ ਉਮਰ ਦਾ ਅਤੇ ਇਹ ਦੀਆ ਲੱਕੜੀ ਪੈ ਕੱਟਦਾ ਇਸ ਉਮਰ 'ਚ, ਅਤੇ ਮੈਂ ਬਾਦਸ਼ਾਹ, ਮੈਨੂੰ ਇਹਦੀ ਪੜਤਾਲ ਕਰਨੀ ਚਾਹੀਦੀ ਵੀ ਇਹਦਾ ਅੱਗਾ ਪਿੱਛਾ ਕੌਣ ਹੈ, ਅਤੇ ਫਿਰ ਇਹਦੀ ਖਿਦਮਤ ਕਰਨੀ ਚਾਹੀਦੀ। ਆਖਿਰ ਬਾਦਸ਼ਾਹਾਂ ਦਾ ਕੰਮ ਹੁੰਦਾ, ਇੱਕ ਮੁਲਕ ਦਾ ਸਰਬਰਾਹ ਹੈ, ਅਤੇ ਉਹਦਾ ਕੀ ਕੰਮ ਹੈ? ਆਵਾਮ ਦੀ ਖਿਦਮਤ ਕਰਨੀ, ਆਵਾਮ ਦਾ ਖਿਆਲ ਕਰਨਾ, ਇਹ ਤਾਂ ਨਹੀਂ ਬਾਦਸ਼ਾਹ ਦਾ ਕੰਮ। ਹੋਵੇ ਬਾਦਸ਼ਾਹ ਤਾਂ ਗਰੀਬਾਂ ਨੂੰ ਖਾਣ ਨੂੰ ਲੱਭੇ ਕੁਛ ਨਾ, ਮਹਿੰਗਾਈ ਇੰਨੀ ਹੋ ਜਾਏ ਕਿ ਗਰੀਬਾਂ ਕੋਲ ਸਬਜ਼ੀ ਵੀ ਨਾ ਲਈ ਜਾਏ, ਉਧਰੋਂ ਸਬਜ਼ੀ ਨਾ ਲਈ ਜਾਏ, ਉਧਰੋਂ ਦਰਿਆ ਬਿਜਲੀ ਦਾ ਬਿੱਲ ਆਉਂਦਾ ਰਹੇ ਹਜ਼ਾਰਾਂ ਦੇ ਹਿਸਾਬ ਨਾਲ। ਜਿਹੜਾ ਸਜਣੋ ਤਗੜਾ ਬੰਦਾ ਹੁੰਦਾ ਹੈ, ਮਾਲਦਾਰ ਹੁੰਦਾ ਹੈ, ਉਹਨੂੰ ਤਾਂ ਔਰ ਕੋਈ ਨਹੀਂ ਹੁੰਦੀ, ਅਤੇ ਜਿਹੜਾ ਇੱਕ ਗਰੀਬ ਆਦਮੀ ਹੈ ਜਿਹਨੂੰ ਇੱਕ ਡੰਗ ਦਾ ਰੋਟੀ ਲੱਭਦੀ ਦੇਖਦੀ ਲੱਭਦੀ ਨਹੀਂ, ਮਗਰ 4-5 ਬੱਚੇ ਦੇ 5-6 ਉਹ ਬਿਜਲੀ ਦਾ ਬਿੱਲ ਦੇਵੇ ਜਾਂ ਉਹਨਾਂ ਦਾ ਢਿੱਡ ਪੂਰਾ ਕਰੇ ਜਾਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਕਰੇ, ਕੀ ਕਰੇ ਉਹ? ਫਿਰ ਮਕਾਨ ਵੀ ਉਹਦਾ ਕਿਰਾਏ ਦਾ ਹੋਵੇ, ਉਹ ਮਕਾਨ ਦਾ ਕਿਰਾਇਆ ਦੇਵੇ ਕਿ ਬਿਜਲੀ ਦਾ ਬਿੱਲ ਦੇਵੇ? ਹਰ ਇੱਕ ਚੀਜ਼ ਮਹਿੰਗਾਈ ਜਿਹੜੀ ਨਾ ਇਹ ਗਰੀਬ ਨੂੰ ਮਾਰਦੀ ਹੈ। ਸਜਣੋ, ਉਹਨੇ ਸੋਚਿਆ ਬਈ ਹੋ ਸਕਦਾ ਇਹਨੂੰ ਕੋਈ ਤਕਲੀਫ ਹੋਵੇ ਤਾਂ ਮੈਂ ਇਹਨੂੰ ਪੁੱਛਾਂ। ਉਹਨੇ ਪੁੱਛਿਆ, ਬਾਬਾ ਜੀ ਇਸ ਉਮਰ 'ਚ ਤੁਸੀਂ ਲੱਕੜੀਆਂ ਵੱਢ ਰਹੇ ਜੇ? ਹੁਣ ਬਾਬੇ ਨੂੰ ਪਤਾ ਨਹੀਂ ਵੀ ਇਹ ਨੌਸ਼ੇਰਵਾਂ ਬਾਦਸ਼ਾਹ ਹੈ, ਕਿਉਂਕਿ ਉਹ ਸ਼ਿਕਾਰ ਨੂੰ ਚੜਿਆ ਸੀ ਅਤੇ ਹੋਰ ਰੂਪ ਇਹ ਸੀ। ਬਾਬੇ ਆਖਿਆ ਵੀ ਤੂੰ ਮੈਨੂੰ ਕੀ ਆਖਣਾ? ਮੈਂ ਲੱਕੜੀਆਂ ਕੱਟਦਾ ਪਿਆ ਆਪਦੀ ਜ਼ਰੂਰਤ ਵਾਸਤੇ, ਤੂੰ ਜਾ, ਜਿਹੜਾ ਤੇਰਾ ਕੰਮ ਤੁਹਾਡਾ ਘਰ
ਬਾਦਸ਼ਾਹ ਨੇ ਸੋਚਿਆ ਬਈ ਇਹਨੂੰ ਮੇਰਾ ਪਤਾ ਨਹੀਂ, ਜੇ ਅਗਰ ਪਤਾ ਹੁੰਦਾ ਤਾਂ ਮੈਨੂੰ ਇਸ ਤਰ੍ਹਾਂ ਜਵਾਬ ਨਹੀਂ ਸੀ ਦਿੰਦਾ। ਖੈਰ ਬਾਦਸ਼ਾਹ ਟੁਰ ਗਿਆ, ਜਿਹੜੇ ਟੁਰ ਗਿਆ ਤਾਂ ਕਚਹਿਰੀ ਬੈਠਾ ਅਤੇ ਜਨਾਬ ਸੋਚਦਾ ਹੈ ਵੀ ਯਾਰ ਉਹਦੇ ਕੋਲ ਪੁੱਛ ਪ੍ਰਤੀਤ ਅਸਲ ਕਰਨੀ ਚਾਹੀਦੀ ਸੀ ਅਤੇ ਮੇਰੇ ਕੋਲ ਕੀਤੀ ਨਹੀਂ ਗਈ, ਚਲੋ ਕਦੇ ਹੁਣ ਮੱਥੇ ਲੱਗਣ ਜ਼ਰੂਰ ਪੁੱਛਾਂਗੇ। ਸੈਨਿਕ ਦੋ ਚਾਰ ਦਿਨ ਪਾ ਕੇ ਨੌ ਸ਼ੇਰਵਾਂ ਬਾਦਸ਼ਾਹ ਫਿਰ ਘੋੜੇ 'ਤੇ ਚੜਿਆ, ਜੰਗਲ ਨੂੰ ਨਿਕਲ ਗਿਆ ਸ਼ਿਕਾਰ ਨੂੰ। ਜਿਹੜੇ ਉਸੇ ਸਣ 'ਤੇ ਪਹੁੰਚਿਆ ਨਾ ਅਤੇ ਉਹੀਓ ਬਜ਼ੁਰਗ ਆਦਮੀ ਫਿਰ ਪਲਕੜੀ ਵੱਡੇ, ਉਹਨੇ ਫਿਰ ਪੁੱਛਿਆ ਬਾਬਾ ਜੀ ਮੈਨੂੰ ਦੂਜੀ ਵਾਰ ਹੋ ਗਈ ਤੁਹਾਨੂੰ ਪੁੱਛਦੇ ਨੂੰ, ਵਜ੍ਹਾ ਕੀ ਹੈ ਇਸ ਉਮਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਕੋਈ ਧੀ ਪੁੱਤਰ ਕੰਮ ਕਰਨ ਵਾਲਾ ਕੋਈ ਨਹੀਂ, ਤੁਸੀਂ ਖੁਦ ਕਰ ਰਹੇ ਹੋ। ਉਹਨੇ ਆਖਿਆ ਬੱਚਾ ਗੱਲ ਏ, ਤੈਨੂੰ ਮੈਂ ਅੱਗੇ ਵੀ ਇਸ ਗੱਲ ਦਾ ਜਵਾਬ ਦਿੱਤਾ ਸੀ ਬਈ ਮੈਂ ਦੂਸਰਾ ਕਰਾਂ ਜਾਂ ਨਾ ਕਰਾਂ ਤੂੰ ਕੀ ਆਖਣਾ, ਇਸ ਬਾਦਸ਼ਾਹ ਨੇ ਇੰਨੀ ਮਹਿੰਗਾਈ ਕਰ ਦਿੱਤੀ ਹੈ ਵੀ ਡੰਗ ਤਾਂ ਪੈਂਦਾ ਨਹੀਂ, ਕੀ ਕਰੀਏ ਕਿਹੜੇ ਤਾਂ ਜਾਈਏ, ਤਾਂ ਮੁੜ ਮਿਹਨਤ ਮਜ਼ਦੂਰੀ ਕਰਨੀ ਪੈਂਦੀ, ਇਹ ਲੱਕੜੀ ਵੱਢ ਕੇ ਲਿਜਾ ਕੇ ਵੇਚਣਾ ਤਾਂ ਡੰਗ ਪਾਉਣਾ, ਹੁਣ ਉਹਨੂੰ ਪਤਾ ਨਹੀਂ ਵੀ ਇਹੋ ਹੀ ਬਾਦਸ਼ਾਹ ਜਿਹਦੇ ਨਾਲ ਗੱਲਾਂ ਪਕੜਦਾ। ਖੈਰ ਉਹ ਬਾਦਸ਼ਾਹ ਨੇ ਪੁੱਛਿਆ, ਉਹਨੇ ਆਖਿਆ ਤੇਰੀ ਉਮਰ ਕਿੰਨੀ ਹੈ, ਉਹ ਬਾਬਾ ਬੋਲਿਆ ਉਹਨੇ ਆਖਿਆ ਮੇਰੀ ਉਮਰ ਹੈ 4 ਸਾਲ, 4 ਸਾਲ ਉਮਰ ਹੈ। ਬਾਦਸ਼ਾਹ ਹੈਰਾਨ ਹੋ ਗਿਆ, ਇਸ ਹੈਰਾਨੀ ਦੇ ਵਿੱਚ ਨਾ ਉੱਥੋਂ ਘੋੜਾ ਤੋੜ ਕੇ ਤੇ ਲੈ ਗਿਆ, ਬਈ ਐਸੇ ਬੰਦੇ ਪਏ ਨੇ ਮੇਰੇ ਪਿੰਡ ਦੇ ਸ਼ਹਿਰ ਦੇ ਵਿੱਚ ਬਈ ਝੂਠ ਬੋਲਦੇ ਨੇ, ਇੰਨੀ ਉਮਰ ਦਾ ਹੋ ਕੇ ਅਤੇ ਇਹ ਝੂਠ ਵੀ ਬੋਲਦਾ। ਜਿਹੜਾ ਗਿਆ ਕਚਹਿਰੀ ਜਾ ਕੇ ਆਵਾਜ਼ ਦਿੱਤੀ, ਅਬੇ ਵਜ਼ੀਰ ਜਿਵੇਂ ਬਾਦਸ਼ਾਹ ਸਲਾਮਤ, ਉਹਨੇ ਕਿਹਾ ਫਲਾਣੇ ਮੁਹੱਲੇ 'ਚ ਫਲਾਣੇ ਇਲਾਕੇ 'ਚ ਇੱਕ ਬੰਦਾ ਹੈ, ਉਹਨੇ ਮੁਹੱਲਾ ਮੁਹੱਲਾ ਪੁੱਛ ਲੈਣਾ ਵੇਖਾ ਕਿੱਥੋਂ ਦਾ, ਉਹਨੇ ਦੱਸ ਦਿੱਤਾ ਵੀ ਫਲਾਣੇ ਮੁਹੱਲੇ ਦਾ ਮੈਂ ਬੰਦਾ ਹੈ ਤਾਂ ਵਡੇਰੀ ਉਮਰ ਦਾ, ਉਹਨੂੰ ਫੜ ਕੇ ਲਿਆਓ ਨਾ, ਉਹਨੇ ਝੂਠ ਬੋਲਿਆ ਮੇਰੇ ਅੱਗੇ। ਸਜਣੋ ਵਜ਼ੀਰ ਨੇ ਚੜ੍ਹਾਈ ਕੀਤੀ, ਨਾਲ ਆਪਦੇ ਸਿਪਾਹੀ ਮੁੰਡੇ ਲੈ ਲੈ ਜਾ ਕੇ ਤਾਂ ਉਹ ਬਾਬੇ ਦਾ ਕਰ ਲੈ, ਤਾਂ ਬਾਬੇ ਨੂੰ ਫੜ ਕੇ ਲੈ ਆਉਂਦਾ, ਬਾਦਸ਼ਾਹ ਦੀ ਕਚਹਿਰੀ ਪੇਸ਼ ਕੀਤਾ। ਬਾ ਉਹਨੇ ਉਹਨੇ ਪਛਾਤਾ, ਉਹਨੇ ਹੋ ਇਹ ਤਾਂ ਬੰਦਾ ਉਹ ਆ ਜਿਹਦੇ ਨਾਲ ਮੈਂ ਗੱਲਾਂ ਕਰਦਾ ਸੀ, ਇਹ ਤਾਂ ਬਾਦਸ਼ਾਹ ਹੈ, ਇਹ ਤਾਂ ਮੇਰੇ ਨਾਲ ਹੁਣ ਪਤਾ ਨਹੀਂ ਕੀ ਕਰੇਦਾ। ਉਹਨੇ ਆਖਿਆ ਵੀ ਬਾਬਾ ਹੁਣ ਤੂੰ ਗੱਲ ਕਰ, ਹਾਂ ਮੈਂ ਜੋ ਤੈਨੂੰ ਪੁੱਛਿਆ ਤੇਰਾ ਹਾਲ ਵਾਲਾ ਪੁੱਛਿਆ ਸਾਰਾ ਕੁਝ, ਤਾਂ ਤੂੰ ਮੈਨੂੰ ਅੱਗੋਂ ਹੋਰ ਹੋਰ ਗੱਲਾਂ ਸੁਣਾਉਂਦਾ ਰਿਹਾ, ਫਿਰ ਤੂੰ ਮੇਰੇ ਕੋਲ ਝੂਠ ਬੋਲਿਆ ਕਿ ਮੇਰੀ ਉਮਰ 4 ਸਾਲ ਹੈ, ਕਿੰਨੀ ਉਮਰ ਤੇਰੀ, ਉਹਨੇ ਕਿਹਾ ਜੀ 4 ਸਾਲ। ਉਹਨੇ ਆਖਿਆ ਘੱਟ ਤੋਂ ਘੱਟ ਤੇਰੀ 80 ਸਾਲ ਉਮਰ ਹੈ, ਮੈਨੂੰ 4 ਸਾਲ ਆਉਣਾ, ਝੂਠ ਬੋਲਣਾ ਬੱਗੀ ਦਾੜੀ ਰੱਖ ਕੇ। ਉਹਨੇ ਉਹਨੇ ਆਖਿਆ ਬਾਦਸ਼ਾਹ ਸਲਾਮਤ ਬੇਸ਼ੱਕ ਤੁਸੀਂ ਸੱਚੇ ਜੇ, ਇਹਨੇ ਸ਼ੱਕ ਕੋਣੀ, ਮੇਰੀ ਉਮਰ 80 ਸਾਲ ਹੈ, ਲੇਕਿਨ 76 ਸਾਲ ਜਿਹੜੇ ਨੇ ਨਾ ਉਹਨੂੰ ਮੈਂ ਆਪਦੀ ਉਮਰ ਦੇ ਵਿੱਚ ਨਹੀਂ ਗਿਣਦਾ। ਨਗੋ ਕਿਉਂ ਨਹੀਂ ਗਿਣਦਾ ਬਾਈ, ਉਹਨੇ ਕਿਹਾ ਉਹਨਾਂ 76 ਸਾਲਾਂ ਦੇ ਵਿੱਚ ਮੈਂ ਨਾ ਕੋਈ ਇਬਾਦਤ ਕੀਤੀ, ਨਾ ਕੋਈ ਖੈਰ ਖਰੈਤ ਕੀਤੀ, ਨਾ ਕੋਈ ਦੀਨ ਦਾ ਕੰਮ ਨਹੀਂ ਕੀਤਾ, ਮਿਹਨਤ ਮਜ਼ਦੂਰੀ ਕਰਕੇ ਆਪਦੇ ਬਾਲਾਂ ਬੱਚਿਆਂ ਨੂੰ ਆਪਦੇ ਟੱਬਰ ਨੂੰ ਪਾਲਦਾ ਰਿਹਾ, ਹੁਣ ਜਾ ਕੇ ਮੇਰੀਆਂ ਅੱਖੀਂ ਖੁੱਲੀਆਂ ਨੇ ਕਿ ਜਿਹੜੀ ਮੈਂ ਮਿਹਨਤ ਮਜ਼ਦੂਰੀ ਕਰਦਾ ਰਿਹਾ ਸਾਂ ਉਹਦੇ 'ਚ ਮੇਰੇ ਖਾਨਦਾਨ ਦਾ ਹੱਕ ਨਹੀਂ, ਇਹਨੂੰ ਜੇ ਗਰੀਬਾਂ ਦਾ ਵੀ ਹੱਕ ਹੈ, ਗਰੀਬਾਂ ਦਾ ਵੀ ਹੱਕ ਹੈ, ਅਤੇ ਮੈਂ ਉਹਨਾਂ ਗਰੀਬਾਂ ਨੂੰ ਕੁਛ ਵੀ ਨਹੀਂ ਦਿੱਤਾ, ਉਹਨਾਂ ਦੀ ਮਦਦ ਨਹੀਂ ਕੀਤੀ, ਅਤੇ ਮੈਂ ਉਹਨਾਂ ਦਾ ਹੱਕ ਆਉਂਦਾ ਰਿਹਾ।
ਇਹ ਮੈਨੂੰ ਅਕਲ ਆਈ ਹੈ ਅਤੇ ਹੁਣ ਮੈਂ ਇਹ ਜਿਹੜਾ ਥੋੜ੍ਹਾ ਬਹੁਤ ਕਮਾਉਣਾ ਇਹਦੇ ਵਿੱਚੋਂ ਗਰੀਬਾਂ ਨੂੰ ਵੀ ਦੇਣਾ, ਆਪਦੇ ਖਾਨਦਾਨ ਨੂੰ ਵੀ ਸੰਭਾਲਦਾ ਪਿਆ ਅਤੇ ਅੱਲਾ ਦੀ ਇਬਾਦਤ ਵੀ ਕਰਦਾ ਪਿਆ ਅਤੇ ਖੈਰ ਖਰਤਾ ਵੀ ਕਰਦਾ ਪਿਆ। ਇਸ ਵਾਸਤੇ ਇਹ 4 ਸਾਲ ਜਿਹੜੇ ਨੇ ਮੈਂ ਗਿਣਨਾ ਕਿ ਇਹ 4 ਸਾਲ ਮੇਰੇ ਜ਼ਿੰਦਗੀ ਦੇ, ਬਾਕੀ 76 ਸਾਲ ਜਿਹੜੇ ਨੇ ਨਾ ਉਹ ਮੈਂ ਆਪਦੀ ਜ਼ਿੰਦਗੀ ਵਿੱਚ ਨਹੀਂ ਗਿਣਦਾ। ਸਜਣੋ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਉਸ ਬਾਦਸ਼ਾਹ ਦੀਆਂ ਅੱਖੀਂ ਉੱਗੜ ਗਈਆਂ ਬਾਬੇ ਦੀਆਂ ਗੱਲਾਂ ਸੁਣ ਕੇ। ਉਹਨੇ ਕਿਹਾ ਵਾਕਿਆ ਸਹੀ ਗੱਲ ਹੈ, ਇਹ ਇੱਕ ਮਜ਼ਦੂਰ ਆਦਮੀ ਹੈ, ਇਸ ਉਮਰ ਦੇ ਵਿੱਚ ਲੱਕੜੀਆਂ ਵੱਢ ਕੇ ਵੇਚ ਕੇ ਅਤੇ ਗਰੀਬਾਂ ਨੂੰ ਵੀ ਦਿੰਦਾ, ਆਪਦੇ ਬਾਲਾਂ ਬੱਚਿਆਂ ਨੂੰ ਵੀ ਸੰਭਾਲਦਾ, ਖੁਦਾ ਦੇ ਰਾਹ 'ਤੇ ਖਰਚ ਕਰਦਾ। ਅਤੇ ਮੈਂ ਕੀ ਕੀਤਾ ਸਾਰੀ ਜ਼ਿੰਦਗੀ, ਮੇਰੇ ਕੋਲ ਬਾਦਸ਼ਾਹ ਹੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਅਤੇ ਮੈਂ ਤਾਂ ਕਿਸੇ ਗਰੀਬ ਨੂੰ ਅੱਜ ਤੱਕ ਪੁੱਛਿਆ ਹੀ ਨਹੀਂ। ਉਲਟਾ ਗਰੀਬਾਂ 'ਤੇ ਟੈਕਸ ਇੰਨਾ ਕੁ ਲਾਇਆ ਵੀ ਬੱਚੇ ਦੀਆਂ ਟੈਫੀਆਂ 'ਤੇ ਵੀ ਟੈਕਸ, ਬੱਚੇ ਦੇ ਦੁੱਧ 'ਤੇ ਵੀ ਟੈਕਸ, ਸਬਜ਼ੀ 'ਤੇ ਟੈਕਸ, ਅਤੇ ਹੋਰ ਕੋਈ ਨਹੀਂ ਚਾਰਾ ਚੱਲਿਆ ਤਾਂ ਫਿਰ ਬਿਜਲੀ 'ਤੇ ਇੰਨਾ ਕੁ ਟੈਕਸ ਕਰ ਦਿੱਤਾ, ਫਿਰ ਆਏ ਦਿਨ ਬਿਜਲੀ ਵਧਾਈ ਰੱਖੀ। ਅਤੇ ਮੈਂ ਤਾਂ ਇਹਨਾਂ ਗਰੀਬਾਂ ਦਾ ਖੂਨ ਹੀ ਨਿਚੋੜਦਾ ਰਿਹਾ, ਅਤੇ ਮੇਰੇ ਨਾਲ ਤਾਂ ਬਾਬਾ ਚੰਗਾ, ਜਿਹਨੂੰ ਸਮਝ ਆ ਗਈ ਮੇਰੇ ਕੋਲ ਤਾਂ ਕੁਛ ਵੀ ਨਹੀਂ ਹੋਇਆ। ਲਓ ਜੀ, ਉਸ ਬਾਦਸ਼ਾਹ ਨੇ ਫਿਰ ਐਲਾਨ ਕੀਤਾ, ਮੇਰੇ ਸ਼ਹਿਰ ਦੇ ਵਿੱਚ ਜਿੰਨੇ ਗਰੀਬ ਗੁਰਬੇ ਨੇ ਉਹ ਸਾਰੇ ਮੇਰੇ ਕੋਲ ਇੱਥੇ ਆਦਰ ਹੋਣ। ਲਓ ਜੀ, ਗਰੀਬ ਗੁਰਬਾ ਆਏ, ਸਾਰਿਆਂ ਦੀ ਉਹਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਆਖਰ ਜਾਣਾ ਦੁਨੀਆ ਤੋਂ, ਇੱਥੇ ਤਾਂ ਨਹੀਂ ਰਹਿ ਜਾਣਾ। ਬਾਦਸ਼ਾਹ ਨੇ ਸੋਚਿਆ ਮੈਂ ਖੁਦਾ ਦੇ ਸਾਹਮਣੇ ਜਾਣਾ ਹੈ ਅਤੇ ਮੈਂ ਜਾ ਕੇ ਕੀ ਜਵਾਬ ਦਿਆਂਗਾ, ਕਿ ਮੈਂ ਇੱਕ ਉਹਨਾਂ ਦਾ ਸਰਬਰਾਹ ਹੋ ਕੇ, ਹੁਕਮਰਾਨ ਹੋ ਕੇ, ਅਤੇ ਮੈਂ ਗਰੀਬਾਂ ਦੀ ਖਾਲੀ ਲਾਈਏ, ਟੈਕਸ ਹੀ ਦਿੱਤੇ ਨੇ ਉਹਨਾਂ ਨੂੰ। ਇਹ ਗਰੀਬ ਜਿਹੜੇ ਨੇ, ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ, ਉਹ ਦਵਾਈ ਦਿੰਦੇ ਨੇ, ਉਹਨਾਂ ਦਿਲ ਕਿੱਥੇ ਜਾਂਦਾ। ਆ ਬਾਦਸ਼ਾਹਾਂ ਦੇ ਤਾਂ ਕਮਰਿਆਂ ਦੇ ਵਿੱਚ ਏਸੀ ਲੱਗੇ ਹੁੰਦੇ ਨੇ, ਉਹਨਾਂ ਨੂੰ ਔਰ ਹੀ ਕੋਈ ਨਹੀਂ, ਉਹਨਾਂ ਨੂੰ ਪਤਾ ਨਹੀਂ ਵੀ ਗਰਮੀ ਵੀ ਹੈਗੀ ਕਿ ਨਹੀਂ ਹੈਗੀ, ਸਰਦੀ ਵੀ ਹੈਗੀ ਕਿ ਨਹੀਂ ਹੈਗੀ। ਗਰੀਬਾਂ ਨੂੰ ਪੁੱਛ ਕੇ ਵੇਖੋ, ਜਿਹੜੇ ਬਾਹਰ ਕਣਕਾਂ ਵੱਢਦੇ ਨੇ ਅਤੇ ਮੁੰਦੀਆਂ ਲਾਉਂਦੇ ਨੇ, ਉਹਨਾਂ ਦਾ ਕੀ ਹਾਲ ਹੈ। ਉਹਨਾਂ ਨੂੰ ਵੇਖੋ ਜਿਹੜੇ ਸਾਰਾ ਦਿਨ ਧੁੱਪਾਂ 'ਚ ਕੰਮ ਕਰਦੇ ਨੇ, ਮਿਹਨਤ ਮਜ਼ਦੂਰੀ ਕਰਦੇ ਨੇ, ਅਤੇ ਸ਼ਾਮ ਨੂੰ ਜਿਹੜੇ ਐਡਾ ਲੰਮਾ ਬਿੱਲ ਆ ਜਾਂਦਾ ਨਾ, ਉਹਲੇ ਉਹਨਾਂ ਦੀ ਉਗਾਲੀ ਜਾ ਪੈਂਦੀ ਹੈ, ਉਹਲੇ ਉਹਨਾਂ ਦੀ ਉਗਾਲੀ ਜਾ ਪੈਂਦੀ। ਦੋਸਤੋ, ਗਰੀਬਾਂ ਦਾ ਖਿਆਲ ਕਰਨਾ ਚਾਹੀਦਾ। ਜਿਹੜਾ ਬੰਦਾ ਮਾਲਦਾਰ ਹੈ, ਸਰਮਾਇਆਦਾਰ ਹੈ, ਉਹ ਇਹ ਸੋਚੇ ਵੀ ਮੈਨੂੰ ਮਾਲ ਦਿੱਤਾ ਕਿੰਨੇ, ਅੱਲਾ ਨੇ ਦਿੱਤਾ ਨਾ, ਅਤੇ ਜੇ ਮਾਲ ਅੱਲਾ ਦੇ ਦਿੱਤੇ ਦੇ ਵਿੱਚੋਂ ਮੈਂ ਖਰਚ ਨਾ ਕਰਾਂ ਤਾਂ ਸਹੀ ਨਹੀਂ, ਕਰਨਾ ਚਾਹੀਦਾ। ਲਓ ਜੀ, ਨੁਸ਼ੇਰਵਾਂ ਬਾਦਸ਼ਾਹ ਜਿਹੜਾ ਸੀ ਉਹ ਉਸ ਦਿਨ ਤੋਂ ਲੱਗ ਕੇ ਫਕੀਰ ਰੂਪ ਵਿੱਚ ਹੋ ਗਿਆ। ਫਕੀਰ ਰੂਪ ਦਾ ਮਤਲਬ ਵੀ ਇੱਕ ਅੱਲਾ ਦੀ ਇਬਾਦਤ 'ਚ ਹੋ ਗਿਆ, ਅੱਲਾ ਕੋਲ ਡਰ ਡਰ ਕੇ ਰਵੇ ਅਤੇ ਦੁਆਵਾਂ ਕਰੇ ਅਤੇ ਆਖੇ ਕਿ ਮੇਰੇ ਕੋਲੋਂ ਕਿਸੇ ਗਰੀਬ ਨਾਲ ਜ਼ੁਲਮ ਨਾ ਹੋ ਜਾਏ, ਅਤੇ ਬਾਦਸ਼ਾਹੀ ਕਰਦਾ ਰਿਹਾ। ਸਾਨੂੰ ਗੱਲ ਕਰਨ ਦਾ ਮਕਸਦ ਕੀ ਹੈ, ਇਹਦੇ ਵਿੱਚ ਸਬਕ ਕੀ ਹੈ? ਕਈ ਦੋਸਤ ਆਉਂਦੇ ਨੇ ਕਿ ਸਾਨੂੰ ਉਹ ਗੱਲ ਸੁਣਾਓ ਜਿਹਦੇ ਵਿੱਚ ਸਬਕ ਹੋਵੇ, ਇਹਦੇ ਵਿੱਚ ਸਬਕ ਨਹੀਂ ਵੀ ਜਿਹੜਾ ਅਗਰ ਤੁਸੀਂ ਕੋਈ ਥੋੜ੍ਹਾ ਬਹੁਤ ਕਮਾ ਦਿਓ ਨਾ, ਉਹਦੇ ਵਿੱਚ ਤੁਹਾਡੇ
ਜਿਹੜੇ ਪੜੋਸੀਏ ਨੇ ਜਿਹੜੇ ਪਿੰਡ ਦੇ ਵਿੱਚ ਗਰੀਬ ਨੇ ਉਹਨਾਂ ਦਾ ਵਿਆਹ ਕੇ ਉਹਨਾਂ ਨੂੰ ਵੀ ਦਿਓ। ਅਗਰ ਤੁਸੀਂ ਮਾਲਦਾਰੀ ਇੰਨੇ ਹੋ ਤੁਹਾਨੂੰ ਪਤਾ ਨਹੀਂ ਕਿ ਸਾਡੀ ਦੌਲਤ ਕਿੰਨੀ ਕੁ ਹੈ, ਇਹ ਨਾਲ ਲੈ ਜਾਣੀ ਹੈ, ਇੱਥੇ ਦੁਨੀਆਂ ਦਾ ਮਾਲ ਇੱਥੇ ਰਹਿ ਜਾਣਾ, ਇੱਥੇ ਰਹਿ ਜਾਣਾ ਮਾਲ ਦੁਨੀਆਂ ਦਾ। ਠੀਕ ਹੈ ਦੋਸਤੋ, ਅਤੇ ਬੜੀ ਮਿਹਨਤ ਕਿ ਦੋਸਤ ਮੇਰੀ ਗੱਲ ਸੁਣਨਗੇ ਅਤੇ ਪਸੰਦ ਕਰਨਗੇ। ਅਤੇ ਆਇੰਦਾ ਵੀਡੀਓ ਤੱਕ ਇਜਾਜ਼ਤ ਦਿਓ ਸ਼ਰਾਫਤ ਅਲੀ ਰਹਿਮਾਨੀ ਨੂੰ। ਕੱਲ੍ਹ ਜ਼ਿੰਦਗੀ ਰੀਤ ਸ਼ਾਮ ਨੂੰ 7 ਵਜੇ ਫਿਰ ਹਾਜ਼ਰ ਹੋਵਾਂਗੇ। ਸਲਾਮ ਅਲੈਕੁਮ ਪਾਕਿਸਤਾਨ, ਜ਼ਿੰਦਾਬਾਦ।